बिस्मिल्लाहिर्रहमानिर्रहीम। अस्सलाम वालेकुम प्यारे बहन भाई, कैसे हो? उम्मीद करती हूँ खैरी दे नाल होवोगे, अल्लाह पाक खुश रखे, आबाद रखे। लो जी, देसी किचन विच मैं आ गई हाँ। अज इत्थे आग जा लांगी ते मैं बना रही हाँ पकौड़े। सारी चीज़ां लिया के मैं रख लिया कोल, ते बच्चे घर है नहीं इस करके कैमरा मैंने खुद ही पकड़ना पिया। बच्चे ट्यूशन गए ने, फरहान दे पापा मज दी तार कढ़दे पए ने, ते मैं कहा चलो मैं हुण इधर पकौड़े बनाउनी आ। खजूर दा बालन बड़ा सोहना बालदा, सुक्का पिया है। इधर देखो आ तवी ते बालन नूं लिआंदा सी, मोटी मोटी लकड़ियां मैं कट के ना कुहाड़ी नाल इत्थे रखियां। हुण पहले मसाला तैयार कर दियां। इधर देखो जी परात विच पा लिया बेसन, ते इधर बरीक प्याज कट्टिया होया है, हरी मिर्च कुट्टी आ, ते नमक मसाला सारा रख लिया मैं, मिक्स कर लैनी आ। मसाला मैं तैयार कर लिया, ਵਿੱਚ ਬਰੀਕ ਆਲੂ ਕੱਟ ਕੇ ਪਾਇਆ ਹੈ, ਅਤੇ ਪਿਆਜ਼ ਇਸ ਕਰਕੇ ਪਾਇਆ ਕਿ ਸਾਨੂੰ ਪਾਲਕ ਨਹੀਂ ਮਿਲੀ, ਅਤੇ ਬਰੀਕ ਪਿਆਜ਼ ਕੱਟ ਕੇ ਪਾ ਲਿਆ ਹੈ। ਇਹਦੇ ਨਾਲ ਨਾ ਪਕੌੜੇ ਸਖਤ ਨਹੀਂ ਹੁੰਦੇ, ਜ਼ਰਾ ਨਰਮ ਰਹਿੰਦੇ ਆ। ਇੱਧਰ ਕੜਾਹੀ ਵਿੱਚ ਘੀ ਪਾਇਆ ਹੈ, ਅੱਗ ਜਾਲ ਲਈ ਚੁੱਲ੍ਹੇ ਵਿੱਚ, ਘੀ ਗਰਮ ਹੋ ਜਾਂਦਾ, ਵਿੱਚ ਪਾਉਂਦੀ ਹਾਂ ਪਕੌੜੇ ਬਣਾਉਂਦੀ ਹਾਂ। ਇੱਧਰ ਸਾਡੀ ਬਕੈਨ ਦੇ ਉੱਤੇ ਲੱਗੀਆਂ ਹੋਈਆਂ ਭੁੰਡੀਆਂ ਨੇ, ਖੱਕਰ ਬਣਾਈ ਹੋਈ ਆ, ਅਤੇ ਉਹ ਜਦੋਂ ਅੱਗ ਜਾਲੀਏ ਉੱਤੇ ਇਹਨੂੰ ਧੂੰਆਂ ਜਾਂਦਾ ਨਾ ਥੋੜ੍ਹਾ ਥੋੜ੍ਹਾ, ਅਤੇ ਫਿਰ ਉਹ ਡਰਦੀਆਂ ਉੱਡ ਪੈਂਦੀਆਂ ਕਿ ਖਰੇ ਸਾਨੂੰ ਲਾਉਣ ਲੱਗਿਆ। ਆ ਦੇਖੋ ਇੱਧਰ ਉੱਡਦੀਆਂ ਪਈਆਂ। ਇਹ ਗਰਮੀ ਲੰਘ ਗਈ ਆ ਨਾ, ਸਰਦੀ ਆਉਂਦੀ ਜਾਂਦੀ ਆ, ਅਤੇ ਫਰਾਂਦ ਬਾਬਾ ਕਹਿੰਦੇ ਸੀ ਉੱਤੋਂ ਇੱਕ ਦਫ਼ਾ ਸਾਰੀ ਨਾ ਛਾਂਗ ਦੇਵਾਂਗੇ, ਫਿਰ ਉਹ ਖੱਖਰ ਵੀ ਖਤਮ ਹੋ ਜੂਗੀ, ਭੁੰਡੀਆਂ ਚਲੇ ਜਾਣਗੀਆਂ ਕਿਤੇ। ਜਿਸ ਦਫ਼ਾ ਨਾ ਛੰਗੀਆਂ ਫਿਰ ਉਹ ਲੱਗੀਆਂ ਰਹਿੰਦੀਆਂ ਵਿੱਚ ਨਾ, ਠੰਡ ਵੀ ਨਹੀਂ ਜ਼ਿਆਦਾ ਪੈਂਦੀ, ਵਿੱਚ ਲੁਕੀਆਂ ਰਹਿੰਦੀਆਂ, ਅਤੇ ਫਿਰ ਉਹ ਆਉਂਦੀ ਦਫ਼ਾ ਜ਼ਿਆਦਾ ਬਣਾ ਲੈਂਦੀਆਂ, ਫਿਰ ਲਾਉਣੀ ਮੁਸ਼ਕਿਲ ਹੋ ਜਾਂਦੀ ਆ। ਅੱਜ ਤੇ ਪਕੌੜੇ ਸ਼ਰੀਫ ਬਣਾਉਣ ਲੱਗੇ। ਕੱਲ ਤੇ ਮੰਗਦੇ ਸੀ ਨਾ, ਨਾਲੇ ਖਜੂਰ ਦੀ ਮੋਜ ਆ, ਬਸ ਜਿਹੜਾ ਟਹਿਣਾ ਵਧੇ ਨਾ ਉਹਨੂੰ ਮੈਂ ਵੱਢ ਕੇ ਰੱਖ ਦੋ, ਤੇ ਉਹ ਜਦੋਂ ਸੁੱਕ ਜਾਵੇ ਤਾਂ ਬਾਲ ਲੋ। ਖਜੂਰ ਦਾ ਬੂਟਾ ਪੁੱਟ ਕੇ ਨੀ ਰੱਖਿਆ ਓਹਨੂੰ ਕਰਾਵਾਂਗੇ। ਹਾਂਜੀ, ਲੱਗ ਛਾਲ ਜਈ, ਸਾਰੀਆਂ ਛਾਲ ਦੀਆਂ ਟੈਮਾਂ ਹੁੰਦੀਆਂ ਤੇ ਉਹ ਅੱਗ ਲਾਤੀ ਸੀ ਤੇ ਕਾਸੇ ਠੀਕ ਹੈ ਨਾ, ਹੁਣ ਸਰਦੀ ਹੁੰਦੀ ਤੇ ਉਹ ਲੱਕੜਾਂ ਜਿਹੜੀਆਂ ਨੇ ਉੱਪਰ ਪਈਆਂ, ਉਹਦਾ ਬਾਲਣ ਬਣਾ ਲਵਾਂ। ਖਜੂਰਾਂ ਅਗਰ ਮੈਂ ਉਦੋਂ ਹੀ ਫਰਹਾਏ ਜਿਹੜੀਆਂ ਵੱਡੀਆਂ ਖਜੂਰਾਂ ਸੀ ਨਾ, ਉਦੋਂ ਹੀ ਅਗਰ ਤੋੜ ਕੇ ਖਾ ਲੈਂਦਾ ਨਾ ਕੱਚੀਆਂ ਹੀ ਮਿੱਠੀਆਂ ਮਿੱਠੀਆਂ, ਤੇ ਉਹ
ਉੱਥੇ ਫਿਰ ਕੋਲੀ ਮੁੱਦੀ ਹੋ ਜਾਣੀ ਸੀ। ਤੇ ਹੁਣ ਦੇਖੋ ਰੋਜ਼ ਹੀ ਖਜੂਰਾਂ ਤੇ ਦੁੱਧ ਪਾ ਕੇ ਤੇ ਮਜ਼ੇਦਾਰ ਕਰਕੇ ਜੂਸ ਬਣਾਉਂਦੇ। ਜਦੋਂ ਦਾਦਾ ਬੂ ਆਣਗੇ ਤੇ ਉਹਨਾਂ ਨੂੰ ਚੰਗਾ ਜੂਸ ਪਿਆਵਾਂਗੇ। ਸ਼ਾਮ ਦਾ ਖਾਣਾ ਖਾ ਚੁੱਕੇ ਹਾਂ, ਅੱਗੇ ਅਸੀਂ ਛੱਤ 'ਤੇ ਚਲੇ ਜਾਈਦਾ ਸੀ। ਹੁਣ ਗਰਮੀ ਘੱਟ ਹੋ ਗਈ ਆ ਅਤੇ ਹੁਣ ਇੱਥੇ ਸਿਹਨ 'ਚ ਚਾਰਪਾਈਆਂ ਰੱਖੀਆਂ ਹੈ, ਫਿਰ ਜਦੋਂ ਬੱਦਲ ਬੁੱਦਲ ਆ ਜਾਏ ਅਤੇ ਫਿਰ ਇੱਥੇ ਬਰਾਮਦੇ 'ਚ ਕੋਲ ਹੀ ਕਰ ਲਈ ਦੀਆਂ। ਇੱਦਾਂ ਦੇਖੋ ਇਹਦੀ ਸੈਟਿੰਗ ਨਹੀਂ ਹੋ ਰਹੀ ਅੱਜ, ਨਹੀਂ ਆ ਕੇ ਰਹਿੰਦੇ ਕੰਬਲ ਥੱਲੇ ਵੀ ਆ ਲਿਆ ਬਾਈ ਰਿਆਨ, ਕਹਿੰਦਾ ਸੀ ਨਹੀਂ ਵਿਛਾਈ ਕਰਨੀ ਗਰਮੀ ਲੱਗਦੀ। ਵਿਛਾਉਣੇ ਕੰਬਲ ਉੱਤੇ ਲਈਦਾ ਕਿ ਇੱਧਰ ਚੈੱਕ ਕਰੋ ਜੀ, ਫਰਹਾਨ ਅਲੀ ਆਪਣੇ ਪਾਪਾ ਨੂੰ ਪਿਆ ਬਾਈ ਰਿਆਨ ਕੀ ਕਹਿੰਦਾ, ਕਹਿੰਦਾ ਜਦੋਂ ਮੈਂ ਕੁੱਟਦਾ ਮੇਰੀ ਰੀਸ ਨਾ ਕੁੱਟਦਾ ਲੱਗਣ ਲੱਗਾ ਸੀ, ਕਹਿੰਦਾ ਪਰੇ ਹੋ ਜਾ ਮੈਂ ਕਰਦਾ, ਜਿਹੜਾ ਕੰਮ ਮੈਨੂੰ ਕਹੀਏ ਉਹ ਕਰਦਾ ਨਹੀਂ ਤੇ ਜਿਹੜਾ ਕੰਮ ਤੁਸੀਂ ਸਾਨੂੰ ਕਹੋ ਉਹ ਇਹ ਕਰਦਾ। ਨਹੀਂ ਜਿਹੜਾ ਕੰਮ ਕਹੀਏ ਨਾ ਉਹ ਕਹਿੰਦਾ ਵੀ ਹਰ ਵਾਰੀ ਮੈਨੂੰ ਕੰਮ ਕਰਨਾ ਦਿੰਦੇ, ਇਹਨਾਂ ਨੂੰ ਤਾਂ ਕਿਹਾ ਕਰੋ ਹੈ ਤੇ ਜੋ ਸਾਨੂੰ ਕੰਮ ਕਹੀਏ ਹੈ ਇਹ ਭੱਜਦਾ ਇੱਧਰ ਜਿੱਦਾਂ ਮੈਨੂੰ ਕੰਮ ਕਿਹਾ ਆਪਣੀ ਫਿਰ ਅੱਗੇ ਲੈ ਕੇ ਭੱਜਦਾ ਵੀ ਮੈਨੂੰ ਕੋਈ ਕੰਮ ਦੱਸਦੇ ਨੇ ਭਾਈਆਂ ਨੂੰ ਕਹਿੰਦੇ ਰਹਿੰਦੇ, ਪਹਿਲੇ ਕਹਿੰਦਾ ਵੀ ਮੈਨੂੰ ਹਰ ਕੰਮ ਦੱਸਦੇ ਨੇ ਤੇ ਫਿਰ ਬਾਅਦ 'ਚ ਕਹਿੰਦਾ ਵੀ ਉਹ ਮੈਨੂੰ ਕੰਮ ਦੱਸਦੇ ਨਹੀਂ ਅਤੇ ਉਹਨਾਂ ਨੂੰ ਕੰਮ ਦੱਸਣ ਲੱਗ ਪੈਂਦੇ। ਭਾਈ ਦਿਲਾਵਰ ਦਾ ਕਾਕਾ ਵਹਿੰਦਾ ਕਿ ਨਹੀਂ ਵਹਿੰਦਾ? ਸਹੀ ਆ, ਹਾਂ ਓਦਾਂ ਵੀ ਮਾਸ਼ਾਅੱਲਾ ਮੇਰਾ ਬੱਚਾ